ਸਾਡੀਆਂ ਧੀਆਂ ਭੈਣਾਂ ਘੁੰਮਣ ਆਉਂਦੀਆਂ ਨੇ ਇੱਧਰ ਸ਼ਾਮ ਨੂੰ ਸ਼ਰਾਬੀ ਖਤਾਬੀ ਆਉਂਦੇ ਨੇ ਬੰਦ ਹੋ ਜੂਗਾ ਜੀ। ਸਾਡੀਆਂ ਧੀਆਂ ਭੈਣਾਂ ਨਿਕਲਦੀਆਂ ਨਸ਼ੇੜੀ ਬੰਦੇ ਦੇ ਦਿਮਾਗ ਤੇ ਕੋਈ ਉਹ ਨੀ ਹੁੰਦਾ ਜੀ, ਨਸ਼ਾ ਸਵਾਰ ਹੋਇਆ ਹੁੰਦਾ ਉਹ ਕੁਛ ਵੀ ਕਰ ਸਕਦਾ ਜੀ, ਕੋਈ ਹਰਕਤ ਵੀ ਕਰ ਸਕਦਾ। ਬਿਲਕੁਲ ਹਾਂਜੀ ਸਰ, ਸਾਨੂੰ ਇਹ ਬੰਦ ਚਾਹੀਦਾ ਹੈ, ਬਿਲਕੁਲ ਸਾਨੂੰ ਕਲੀਅਰ ਚਾਹੀਦਾ ਜੀ, ਨਸ਼ਾ ਡਰੱਗਸ ਸਾਨੂੰ ਮੁਕਤ ਚਾਹੀਦਾ ਜੀ, ਬਸ। ਇੱਧਰ ਘੁੰਮਣ ਆਉਂਦੇ ਆ, ਅਸੀਂ ਨਹੀਂ ਠੇਕਾ ਖੋਲਣ ਦੇਣਾ, ਅਸੀਂ ਨਹੀਂ ਖੋਲਣ ਦੇਣਾ ਪਿੰਡ ਚ ਠੇਕਾ ਨਹੀਂ ਖੋਲਣ ਦੇਣਾ। ਨੇੜੇ ਸਕੂਲ ਵੀ ਕਿੰਨੀ ਦੂਰ ਆ? ਸਕੂਲ ਨਾਲ ਹੀ ਨਾਲ ਹੀ ਸਕੂਲ ਨਾਲ ਹੀ, ਅਸੀਂ ਨਹੀਂ ਠੇਕਾ ਖੋਲਣ ਦੇਣਾ। ਅਸੀਂ ਘੁੰਮਣਾ ਵੀ ਆਉਂਦੀਆਂ ਨੇ ਇੱਧਰ, ਅਸੀਂ ਬੱਚੇ ਖਰਾਬ ਨਹੀਂ ਕਰਨਾ, ਠੇਕਾ ਅਸੀਂ ਨਹੀਂ ਖੋਲਣ ਦੇਣਾ, ਅਸੀਂ ਠੇਕਾ ਨਹੀਂ ਖੋਲਣ ਦੇਣਾ। ਸਾਡੀਆਂ ਧੀਆਂ ਨੂੰ ਬਾਹਰ ਨਿਕਲਦੀਆਂ ਨੇ, ਬੇਟੀਆਂ ਸਾਡੀਆਂ ਸਕੂਲ ਜਾਂਦੀਆਂ ਨੇ, ਅਸੀਂ ਠੇਕਾ ਨਹੀਂ ਖੋਲਣ ਦੇਣਾ। ਸਾਡੀ ਵਾਦੀ ਹੈਗੀ ਜੀ, 500 ਘਰ ਹੈਗਾ ਜੀ, ਹਾਂਜੀ 500 ਘਰ ਹੈਗਾ। ਮੈਂ ਪਹਿਲਾਂ ਠੇਕਾ ਰੁਕ ਸਰ, ਕੋਈ ਨਹੀਂ ਖੋਲਿਆ ਠੇਕਾ ਪਹਿਲਾਂ, ਉਰੇ ਇਹ ਪਹਿਲੀ ਵਾਰ ਆਏ ਨੇ, ਅਸੀਂ ਠੇਕਾ ਨਹੀਂ ਖੋਲਣ ਦੇਣਾ। ਹਾਂਜੀ ਨਹੀਂ, ਹਾਲੇ ਤੱਕ ਸਾਡੀ ਕੋਈ ਸੁਣਾਈ ਨਹੀਂ ਹੋਈ, ਕਹਿ ਰਹੇ ਨੇ ਵੀ ਆ ਰਹੇ ਆ ਰਹੇ ਆ, ਬਸ ਹੁਣੇ ਵਾਲੀ ਗੱਲ ਹੋ ਚੁੱਕੇ ਨੇ ਜੀ, ਮੇਰੀ ਹੁਣੇ ਗੱਲ ਹੋਈ, ਕਹਿੰਦੇ ਆ ਰਹੇ ਆ ਅਸੀਂ। ਕਾਰਨ ਇਹ ਹੈ ਜੀ, ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿ ਰਹੀ ਹੈ ਜੀ ਨਸ਼ੇ ਤੇ ਆਗੂ ਤੇ ਜਾਗਰੂਕ ਕਰਨਾ ਜੀ, ਦੂਜੇ ਪਾਸੇ ਸਾਡੇ ਨਾਲ ਦੇ ਪਿੰਡਾਂ 'ਚ ਵਿੱਚ ਠੇਕੇ ਖੁੱਲ ਰਹੇ ਨੇ ਜੀ, ਏਦਾਂ ਨਸ਼ਾ ਨਹੀਂ ਬੰਦ ਹੋ ਸਕਦਾ ਜੀ। ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਜੀ, ਸਾਡੇ ਸਾਰਿਆਂ ਨੂੰ ਇੱਕਜੁੱਟ ਹੋ ਕੇ ਜੀ ਜੰਗ ਲੜਨੀ ਪੈਣੀ ਹੈ ਜੀ, ਸਰਕਾਰ ਦੇ ਵੱਸ 'ਚ ਕੁਛ ਨਹੀਂ ਹੈਗਾ ਜੀ। ਸਾਨੂੰ ਸਾਰੇ ਪੰਜਾਬੀਆਂ ਨੂੰ, ਜਿੰਨੇ ਵੀ ਮੇਰੇ ਵੀਰ ਭਰਾ ਪੰਜਾਬੀ ਜਿੱਥੇ ਵੀ ਵੱਸਦੇ ਨੇ, ਸਾਡੇ ਪਿੰਡ ਨਾਲ ਆ ਕੇ ਸਪੋਰਟ ਕਰੋ, ਅਸੀਂ ਜਿੱਥੇ ਵੀ ਖੜੇ ਆ ਤੁਹਾਡੇ ਨਾਲ ਖੜਾਂਗੇ। ਅੱਜ ਇੱਧਰ ਠੇਕਾ ਬੰਦ ਕਰਾ ਕੇ ਕੱਲ੍ਹ ਨੂੰ ਅਸੀਂ ਅੱਗੇ ਵੀ ਜਾਵਾਂਗੇ ਜੀ, ਪਰ ਉਰੇ ਦਾ ਠੇਕਾ ਅਸੀਂ ਚੱਲਣ ਨਹੀਂ ਦੇਣਾ। ਜਿੱਥੋਂ ਤੱਕ ਸਾਡਾ ਰਸਤਾ ਚੱਲਦਾ ਹੋਇਆ ਅਸੀਂ ਨਿਭਾਵਾਂਗੇ, ਜਿੱਥੋਂ ਤੱਕ ਜਾਣਾ ਪਏ ਮੈਂ ਉੱਥੋਂ ਤੱਕ ਜਾਊਂਗਾ ਜੀ। ਅੱਗੇ ਮੈਂ ਇੱਕ ਬੇਨਤੀ ਹੋਰ ਕਹੂੰਗਾ, ਮੈਂ ਭਗਵੰਤ ਮਾਨ ਨੂੰ, ਜੇ ਠੇਕਾ ਨਾ ਬੰਦ ਹੋਇਆ ਤਾਂ ਇਹ ਅੱਜ ਦਾ ਜਾਮ ਕੱਲ੍ਹ ਨੂੰ ਹੋਰ ਅੱਗੇ ਵੱਧ ਜਾਣਾ। ਸਿੱਧੀ ਜੀ ਗੱਲ, ਅਸੀਂ ਉਰੇ ਬੈਠੇ ਆ, ਜਿੰਨਾ ਚਿਰ ਸਾਡੀ ਸੁਣਵਾਈ ਨਹੀਂ ਆਉਂਦੀ ਅਸੀਂ ਇੱਥੋਂ ਹਿੱਲਦੇ ਨਹੀਂ। ਇਹ ਠੇਕਾ ਨਾ ਆਵੇ, ਪਿੱਛੇ ਸਕੂਲ ਆ ਬੱਚਿਆਂ ਦਾ ਜੀ, ਨਾਲੇ ਮਸਜਿਦ ਮੰਦਿਰ ਹੈ, ਨਾਲੇ ਆਪਣਾ ਪਿੰਡ ਨਾਲ ਘਰ ਆ ਜੀ, ਪੰਜ ਸਾਰੇ ਘਰ ਆ ਜੀ। ਠੇਕਾ ਖੋਲਿਆ ਸਾਹਮਣੇ, ਠੇਕਾ ਬੰਦ ਕਰਾਉਣਾ ਜੀ ਇਹ। ਹਾਂ ਇਹ ਪਹਿਲਾਂ ਬੰਦ ਸੀਗਾ, ਪਹਿਲਾਂ ਨਹੀਂ ਸੀਗਾ ਠੇਕਾ ਇੱਥੇ, ਇਹ ਹੁਣ ਖੋਲਿਆ ਜੀ। ਹਾਂਜੀ ਠੇਕਾ ਬੰਦ ਕਰਾਉਣਾ ਚਾਹੁੰਦੇ ਹਾਂ ਅਸੀਂ, ਫਿਰ ਅਸੀਂ ਧਰਨਾ ਲਾ ਕੇ ਰੱਖਾਂਗੇ ਜੀ, ਜਿੰਨਾ ਚਿਰ ਠੇਕਾ ਨਹੀਂ ਬੰਦ ਹੋਊਗਾ ਰੋਡ ਪ੍ਰਦਰਸ਼ਨ ਕਰਾਂਗੇ ਜੀ। ਕਿੰਨੀ ਦੇਰ ਤੋਂ ਪ੍ਰੋਟੈਸਟ ਕਰ ਰਹੇ ਹੋ? ਇਹ ਅੱਜ ਸਵੇਰ 5 ਵਜੇ ਦਾ ਜੀ।
ਸਾਹਮਣੇ ਜੀ ਇੱਥੇ ਆ ਕੇ ਗੱਲ ਕਰੋ ਨਾ, ਇੱਥੇ ਪਤਾ ਲੱਗੂਗਾ ਕੀ ਕੀ ਗੱਲਬਾਤ ਹੈ। ਮੇਰਾ ਜਗਰੂਪ ਸਿੰਘ, ਜੋਤੀ ਐਂਡ ਫਰਮ ਹੈ। ਦੇਖੋ ਜੀ, ਮਾਲਕਾਂ ਨੇ ਕਰਨਾ ਜੋ ਕਰਨਾ, ਇਹ ਤਾਂ ਮਾਲਕ ਨਹੀਂ ਹੈਗੇ, ਮਾਲਕਾਂ ਨੂੰ ਦੱਸਿਆ ਪਿਆ। ਆ ਰਹੇ ਆ ਰਹੇ।